ਸਤਿ ਸ੍ਰੀ ਅਕਾਲ ਦੋਸਤੋ। ਦੋਸਤੋ ਅੱਜ ਤੁਹਾਨੂੰ ਨਾ ਪੰਜਾਬ ਦੇ ਅੰਦਰ ਜਿਹੜੇ ਚਿੱਟੇ ਨਾਲ ਰੋਜ਼ ਅਖਬਾਰਾਂ ਦੇ ਵਿੱਚ ਦੋ ਦੋ ਤਿੰਨ ਦਿਨ ਨੌਜਵਾਨਾਂ ਦੀ ਫੋਟੋ ਛਪਦੀ ਆ, ਓਵਰਡੋਜ਼ ਲਿਖ ਦਿੰਦੇ ਆ ਚਿੱਟੇ ਕਾਰਨ ਨੌਜਵਾਨ ਦੀ ਮੌਤ, ਤੇ ਦੂਸਰੇ ਪਾਸੇ ਸਰਕਾਰ ਦੇ ਦਾਅਵੇ ਕਿ ਪੰਜਾਬ ਵਿੱਚ ਪਾਈਪਲਾਈਨ ਲੋਡ ਦੀ ਚਿੱਟਾ ਨਹੀਂ ਹੈਗਾ, ਅਸੀਂ ਇੱਕ ਆਪਣਾ ਸਾਥੀ ਤਿਆਰ ਕੀਤਾ ਜਿਹੜਾ ਜਾਊਗਾ ਪਰ ਸ਼ਰੇਆਮ ਦੇ ਗਿਆ। ਅਫਸੋਸ ਦੀ ਗੱਲ ਹੈ ਕਿ ਮੈਂ ਇਸ ਕਿਤਾਬ ਦੇ ਗ੍ਰਹਿ ਸ਼ਰੇਆਮ ਮੈਂ ਉੱਥੇ ਬੜੀ ਵਾਰੀ ਸਥਾਨਾਂ ਪੂਰਤੀ ਵਾਸਤੇ ਜਾਂਦੀ ਆ, ਜਾ ਕੇ ਬੰਦੇ ਫੜ ਕੇ ਲਿਆਉਂਦੀ ਆ, ਦਿਹਾੜੀ ਖੰਡ ਵਧਾਉਂਦੀ ਆ, ਪੈਸੇ ਪੁਸੇ ਲੈ ਕੇ ਛੱਡ, ਮਤਲਬ ਕਿ ਪੁਲਿਸ ਦੀ ਮਿਲੀ ਭੁਗਤ ਦੇ ਨਾਲ ਚਿੱਟਾ ਜਿਹੜਾ ਸ਼ਰੇਆਮ ਦਿੱਤਾ। ਪਰ ਬਹੁਤ ਸਾਰੇ ਆਲੇ ਦੁਆਲੇ ਦੇ ਉੱਥੋਂ ਜਿਹੜੇ ਲੋਕ ਹੈਗੇ ਆਲੇ ਦੁਆਲੇ ਉਸ ਲੋਕੈਲਿਟੀ ਦੇ ਨੇੜੇ ਰਹਿਣ ਵਾਲੇ ਲੋਕ ਆ, ਉਹ ਲੋਕ ਵੀ ਦੱਸਦੇ ਆ ਵੀ ਜਿਹੜੇ PCR ਮੋਟਰਸਾਈਕਲ ਵਾਲੇ ਆ ਉਹ ਪਾ ਕੇ ਉਹਨਾਂ ਦੀ ਹਾਜ਼ਰੀ ਦੇ ਵਿੱਚ ਵੀ ਚਿੱਟੇ ਦੀਆਂ ਜਿਹੜੀਆਂ ਪੈਕਟ ਹੈਗੇ ਆ ਉਹ ਚਿੱਟੇ ਦੇ ਪੈਕਟ ਸ਼ਰੇਆਮ ਦਿੱਤੇ ਆਇਆ। ਤੇ ਦੋਸਤੋ ਆਪਾਂ 1 ਜੁਲਾਈ ਤੋਂ 7 ਜੁਲਾਈ 2018 ਤੋਂ 7 ਜੁਲਾਈ 2018 ਤੱਕ ਚਿੱਟੇ ਆਇਆ ਆਪਣਾ ਬੰਦਾ ਯਾਰ ਤੂੰ ਗਰਾਹ ਪੱਕਾ ਯਾਰ ਬੜਾ ਕੋਈ ਲੈ ਜਾ ਇੱਕ ਦੋਸਤੋ ਦੇਖੋ ਚਿੱਟੇ ਦੀ ਮੰਡੀ ਲੱਗੀ ਹੋਈ ਆ, ਦੇਖ ਲੋ ਤੁਸੀਂ ਜਿਹੜਾ ਕੈਪਟਨ ਅਮਰਿੰਦਰ ਸਿੰਘ ਕਹਿੰਦਾ ਸੀ ਵੀ ਪੰਜਾਬ ਚਿੱਟੇ ਦੀ ਪਾਈਪ ਲਾਈਨ ਤੋੜਦੀ ਸ਼ਰੇਆਮ ਭੇਜ ਰਹੇ ਆ। ਆਇਆ ਕਿ ਇਸ ਇਲਾਕੇ ਦਾ ਚੌਂਕੀ ਇੰਚਾਰਜ, ਥਾਣਾ ਇੰਚਾਰਜ, ਪੁਲਿਸ ਘੁੱਗ ਵਸਦਾ ਲੁਧਿਆਣਾ ਸ਼ਹਿਰ ਤੇ ਚਿੱਟਾ ਸ਼ਰੇਆਮ ਦਿੱਤਾ। ਗੌਰ ਦੇ ਨਾਲ ਦੇਖੋ, ਬੰਦਾ
ਹੈਲੋ ਅੱਛਾ ਦੋਸਤੋ, ਤੁਸੀਂ ਸਾਡਾ ਜਿਹੜਾ ਸਾਥੀ ਗਿਆ ਬੜਾ ਦਲੇਰੀ ਦੇ ਨਾਲ, ਚਿੱਟਾ ਦੋ ਵਾਰੀ ਲਿਆ, ਇੱਕ ਵਾਰੀ ਪਹਿਲਾਂ ਤੀਜਾ ਲਿਆ ਮੈਂ ਹੋਰ ਪਿਆ, ਦੁਬਾਰਾ ਜਾ ਦੋਸਤ ਹੈ ਇੱਕ ਵਾਰੀ ਤਾਂ ਕਿ ਜਿਹੜੀ ਹਿੰਦੀ ਬੋਲੀ ਸਰਕਾਰ ਚਿੱਟੇ ਦੇ ਛੋਟੇ ਛੋਟੇ ਦਸਤਰਾਂ ਨੂੰ ਕਰਦੀ ਹੈ, ਛੋਟੇ ਇਹਦੇ ਆਦਿ ਜਿਹੜੇ ਵਿਚਾਰੇ ਨੌਜਵਾਨ ਆ ਉਹਨਾਂ ਨੂੰ ਅੱਧਾ ਗ੍ਰਾਮ 1 ਗ੍ਰਾਮ ਵਾਲਿਆਂ ਨੂੰ ਫੜ ਕੇ ਖਾਨਾ ਫੁਰੀ ਕਰ ਦਿੰਦੀ ਹੈ। ਜਿਹੜੇ ਚਿੱਟਾ ਦੇਖਣ ਵਾਲੇ ਲੋਕ ਹੈ ਉਹਨਾਂ ਨੂੰ ਕਿਉਂ ਨਹੀਂ ਖਾਂਦੇ? ਹੁਣ ਆਪਾਂ ਇੱਕ ਗੱਲ ਇਹ ਦੱਸੀਏ ਕਿ ਇਸ ਚੀਜ਼ ਦਾ ਪਤਾ ਨਹੀਂ ਉਹਦੇ ਏਰੀਏ ਦੇ ਵਿੱਚ ਚਿੱਟਾ ਨਹੀਂ ਕਿੱਥੇ ਵੇਚਣਾ, ਕੀ ਚੌਂਕੀ ਵਿਚਾਰ ਨੂੰ ਪਤਾ ਨਹੀਂ ਚਿੱਟਾ ਕਿੱਥੇ ਵੇਚਣਾ, ਕਿ ਜਿਹੜੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਐਸ ਟੀ ਐਫ ਬਣਾਈ ਹੈ ਕਿ ਉਸ ਐਸ ਟੀ ਐਫ ਨੂੰ ਜਾਣਕਾਰੀ ਦੇ ਕਿ ਪੰਜਾਬ ਦੇ ਵਿੱਚ ਇਹ ਚਿੱਟਾ ਕਿੱਥੇ ਵੇਚਦਾ, ਕਿੱਥੋਂ ਆਉਂਦਾ, ਕਿਹੜੇ ਕਿਹੜੇ ਕੈਮੀਕਲ ਉਹਦੇ ਯੂਜ ਹੁੰਦੇ ਆ, ਸਿੰਥੈਟਿਕ ਆ, ਅਸਲੀ ਆ, ਨਕਲੀ ਆ? ਰਿਪੋਰਟ 'ਚ ਨਹੀਂ ਆਇਆ ਵੀ ਕੋਈ ਨਸ਼ਾ। ਅੱਛਾ ਦੋਸਤੋ, ਮੈਂ ਦੂਜੇ ਪਾਸੇ ਚੱਲ ਰਿਹਾ ਹੁਣ। ਇੱਕ ਵੀ ਬੰਦਾ ਰਿਪੋਰਟ ਦੇ ਵਿੱਚ ਇੱਕ ਮੈਂ ਕਿ ਹਾਂ ਕਿ ਉਹ ਬੰਦੇ ਨੂੰ ਫੜਿਆ, ਫੜ ਕੇ ਉੱਤੇ ਇਹ ਕਾਰਵਾਈ ਕੀਤੀ ਹੈ, ਲਿਖਿਆ ਕਿ ਪੜਤਾਲ ਦੇ ਵਿੱਚ ਪਾਇਆ ਗਿਆ ਵੀ ਹੁਣ ਇਹ ਚਿੱਟਾ ਨਹੀਂ ਵੇਚਦਾ, ਅਸੀਂ ਇਹਦੇ 'ਤੇ ਨਿਗਰਾਨੀ ਕਰ ਰਹੇ ਹਾਂ। ਕਿਸੇ ਦੇ ਉੱਤੇ ਲਿਖਤਾ ਜੀ ਵੀ ਇਹਦੇ ਕੋਈ ਦੋਸਤ ਇਹਦੇ ਗੁਆਂਢੀ ਆਏ ਉਹ ਲਿਖ ਕੇ ਜ਼ਿੰਮੇਵਾਰੀ ਲੈ ਗਏ ਅਤੇ ਅਸੀਂ ਇਹਨੂੰ ਛੱਡਤਾ, ਨਿਗਰਾਨੀ ਕਰ ਰਿਹਾ। ਦੋਸਤੋ ਅਫਸੋਸ ਹੈ, ਲੁਧਿਆਣਾ ਸ਼ਹਿਰ ਹੈ, ਘੁੱਗ ਵਸਦਾ ਸ਼ਹਿਰ ਹੈ, ਕੋਈ ਪਿੰਡ ਨਹੀਂ ਗਾ, ਕੋਈ ਕਸਬਾ ਨਹੀਂ ਗਾ ਵੀ ਜਿੱਥੇ ਪੁਲਿਸ ਨੂੰ ਆਉਣ ਦੇ ਵਿੱਚ ਦੇਰੀ ਲੱਗਦੀ ਹੈ। ਤੁਸੀਂ ਅੱਜ ਚਿੱਟੇ ਦੀ ਮੰਡੀ ਦਾ ਨਜ਼ਾਰਾ ਲਾਈਵ ਦੇਖ ਲਿਆ। ਮੇਰਾ ਲਾਈਵ ਲੈ ਕੇ ਆਉਣ ਦਾ ਮਕਸਦ ਕੀ ਹੈ? ਬਹੁਤ ਸਾਰੇ ਜਿਹੜੇ ਵਿਰੋਧੀ ਪਾਰਟੀਆਂ ਦੇ ਵਿਰੋਧੀ ਆ, ਦਹੀਂ ਵੀ ਕਾਕੇ ਦਹੀਂ ਕਹਿਣਗੇ ਜੀ ਲਾਈਵ, ਚੰਗੇ ਚੀਜ਼ਾਂ ਵਾਸਤੇ ਲਾਈਵ ਸੋਸ਼ਲ ਮੀਡੀਆ ਵਰਤੋਂ। ਆ ਦੇਖੋ ਜਿਹੜਾ ਚਿੱਟਾ ਲੈ ਕੇ ਆਉਂਦਾ, ਆਹ ਹੈਗਾ ਦੂਜੀ ਪੁੜੀ ਵੀ ਹੈਗੀ ਹੈ, ਇੱਕ ਹੋਰ ਦੇ ਦੇ ਜਿਹੜੀ ਹੈਗੀ, ਦੂਸਰੀ ਪੁੜੀ ਆਹ ਹੈਗੀ ਆ, ਹੋਰ ਵੀ ਦੇ ਕਾਕੇ ਜਿਹੜੀ ਜਿਹੜੀ ਉੱਥੋਂ ਖਰੀਦ ਕੇ ਲਿਆਏ ਹੋ। ਆਹ ਪੁੜੀਆਂ ਖਰੀਦ ਕੇ ਲੈ ਕੇ ਆਉਂਦੀਆਂ, ਚਿੱਟੇ ਦੀ ਮੰਡੀ ਲੱਗੀ ਹੋਈ ਆ ਦੋਸਤੋ। ਕੀ ਇਹ ਪੁਲਿਸ ਨੂੰ ਦਿਸਦਾ ਨਹੀਂ ਗਾ ਕਿ ਇਹ ਸਰਕਾਰ ਚਲਾਉਣ ਵਾਲੇ ਲੀਡਰ ਵੀ ਤਾਂ ਲੁਧਿਆਣੇ ਸ਼ਹਿਰ ਦੇ ਵਿੱਚ ਹੈਗੇ, ਕਿ ਉਹਨਾਂ ਨੂੰ ਵੀ ਪਤਾ ਲੱਗਦਾ ਕਿ ਸਾਡੇ ਸਰਕਾਰ ਦੀ ਛਤਰ ਛਾਇਆ ਦੇ ਹੇਠ ਸ਼ਰੇਆਮ ਚਿੱਟਾ ਵਿਕ ਰਿਹਾ। ਆ ਲਓ, ਚਾਰ ਪੁੜੀਆਂ ਖਰੀਦ ਕੇ ਲਿਆਂਦੀਆਂ ਨੇ ਆ ਚਿੱਟੇ ਦੀਆਂ, ਜਿਹਦੇ ਕਰਕੇ ਪੰਜਾਬ ਦੇ ਅੰਦਰ ਨੌਜਵਾਨ ਬੱਚੇ ਬੱਚੀਆਂ ਮੌਤ ਦੇ ਚਿੱਟੇ ਦੇ ਦੈਨ ਦੇ ਮੂੰਹ ਦੇ ਵਿੱਚ ਜਾ ਰਹੇ ਆ।